ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਇਤਿਹਾਸਕ ਹਿੰਦੀ ਫੀਚਰ ਫਿਲਮ ਸ਼ੂਦਰ ਸੇ ਖਾਲਸਾ ਭਾਰਤੀ ਸੈਂਸਰ ਫਿਲਮ ਸੈਂਸਰ ਬੋਰਡ ਵੱਲੋਂ ਬੈਨ ਕਰ ਦਿੱਤੀ ਗਈ ਹੈ। ਪਿਛਲੇ 6 ਮਹੀਨੇ ਤੋਂ ਅਸੀਂ ਇਸ ਫਿਲਮ ਦੇ ਸਰਟੀਫਿਕੇਟ ਲੈਣ ਦੇ ਲਈ ਜਦੋਜਹਿਦ ਕਰ ਰਹੇ ਸੀ, ਪਰ ਬੜੀ ਹੀ ਬੇਹੂਦੀ ਟਿੱਪਣੀ ਕਰਕੇ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਮਨਾ ਕਰ ਦਿੱਤਾ ਹੈ। ਅਸਲ ਵਿੱਚ ਇਹ ਫਿਲਮ ਮਹਿਜ਼ ਇੱਕ ਫਿਲਮ ਨਹੀਂ ਹੈ, ਇਹ ਫਿਲਮ ਭਾਰਤ ਦੇਸ਼ ਦੇ ਇਤਿਹਾਸ ਨੂੰ ਦਰਸਾਉਂਦੀ ਹੋਈ ਇੱਕ ਇਤਿਹਾਸਕ ਦਸਤਾਵੇਜ਼ ਹੈ। ਇਸ ਫਿਲਮ ਦੇ ਰਾਹੀਂ ਇਨਸਾਨ ਦੀ ਉਤਪਤੀ ਤੋਂ ਲੈ ਕੇ, ਕਿਉਂਕਿ ਇਸ ਫਿਲਮ ਨੂੰ ਅਸੀਂ ਪੂਰੇ ਵਿਗਿਆਨਕ ਤਰੀਕੇ ਦੇ ਨਾਲ ਫਿਲਮਾਇਆ ਹੈ ਔਰ ਬ੍ਰਹਿਮੰਡ ਦੀ, ਗ੍ਰਹਿਾਂ ਦੀ, ਧਰਤੀ ਦੀ, ਉਪਗ੍ਰਹਿਾਂ ਦੀ ਉਤਪਤੀ ਤੋਂ ਲੈ ਕੇ 1699 ਸਾਹਿਬ ਕਮਾਲ ਦਸ਼ਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੁਆਰਾ ਖਾਲਸਾ ਸੰਪੂਰਨਤਾ ਤੱਕ ਇਸ ਫਿਲਮ ਦੇ ਵਿੱਚ ਸਾਰਾ ਇਤਿਹਾਸ ਕਵਰ ਕੀਤਾ ਗਿਆ ਹੈ। ਭਾਰਤ ਦੀ ਧਰਤੀ ਦੇ ਉੱਤੇ 5000 ਸਾਲ ਪਹਿਲਾਂ ਆਰੀਆ ਹਮਲਾਵਰਾਂ ਨੇ ਆ ਕੇ ਇੱਥੋਂ ਦੇ ਮੂਲ ਨਿਵਾਸੀ ਬਹੁਜਨ ਸਮਾਜ ਨੂੰ, ਬਹੁਜਨ ਲੋਕਾਂ ਨੂੰ ਗੁਲਾਮ ਬਣਾਇਆ ਔਰ ਧੋਖਾਧੜੀ, ਕਮੀਨਗੀ ਅਤੇ ਕੋਝੀਆਂ ਚਾਲਾਂ ਚੱਲਦਿਆਂ ਹੋਇਆਂ ਉਹਨਾਂ ਨੂੰ ਜ਼ਮੀਨ ਜਾਇਦਾਦ, ਸਿੱਖਿਆ ਗ੍ਰਹਿਣ ਕਰਨ ਦੇ, ਹਥਿਆਰ ਰੱਖਣ ਦੇ ਅਤੇ ਇੱਜ਼ਤ ਮਾਣ ਨਾਲ ਜਿਉਣ ਦੇ ਹਰੇਕ ਤਰ੍ਹਾਂ ਦੇ ਹੱਕ ਤੋਂ ਵਿਰਵਾ ਕਰ ਦਿੱਤਾ। ਇਸ ਫਿਲਮ ਦੇ ਰਾਹੀਂ ਅਸੀਂ ਇਹ ਸਾਰੀਆਂ ਗੱਲਾਂ ਜਨਤਾ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਲੈ ਕੇ ਆਏ ਹਾਂ। ਜਦੋਂ ਆਰੀਆ ਹਮਲਾਵਰਾਂ ਨੇ ਆ ਕੇ ਸਾਡੇ ਤੋਂ ਸਾਰੇ ਹੱਕ ਖੋਏ ਤਾਂ ਮਹਾਮਾਨਵ ਗੌਤਮ ਬੁੱਧ ਨੇ ਬੁੱਧ ਧਰਮ ਦਾ ਆਗਾਜ਼ ਕੀਤਾ ਅਤੇ ਉਹੀ ਹੱਕ ਸਾਨੂੰ ਦੁਬਾਰਾ ਫਿਰ ਵਾਪਸ ਮਿਲ ਗਏ ਔਰ ਇਸ ਦੇਸ਼ ਦੇ ਵਿੱਚ ਮਾਨਵਤਾਵਾਦੀ ਰਾਜ ਸ਼ਾਸਨ ਕਾਇਮ ਹੋ ਗਿਆ। ਪਰ ਪੁਸ਼ਮਿੱਤਰ ਸ਼ੁੰਗ ਦੁਆਰਾ ਬੌਧ ਰਾਜਾ ਬ੍ਰਹਿਦਰਥ ਦੀ ਹੱਤਿਆ ਕਰਨ ਤੋਂ ਬਾਅਦ ਦੁਬਾਰਾ ਫਿਰ ਅਸੀਂ ਲੋਕ ਗੁਲਾਮ ਹੋ ਗਏ ਔਰ ਸਾਡੀ ਗੁਲਾਮੀ ਨੂੰ ਹੋਰ ਜ਼ਿਆਦਾ ਪੱਕਾ ਕਰਨ ਲਈ ਇਹਨਾਂ ਬ੍ਰਾਹਮਣਾਂ ਨੇ, ਇਹਨਾਂ ਆਰੀਅਨ ਲੋਕਾਂ ਨੇ ਸਾਨੂੰ 4 ਵਰਣਾਂ ਅਤੇ ਅਲੱਗ ਅਲੱਗ ਹਜ਼ਾਰਾਂ ਜਾਤੀਆਂ ਦੇ ਟੁਕੜਿਆਂ ਵਿੱਚ ਵੰਡ ਦਿੱਤਾ। ਇਸ ਵੰਡ ਦਾ ਕਾਰਨ ਇੱਕੋ ਸੀ ਕਿ ਇਸ ਦੇਸ਼ ਦੇ ਮੂਲ ਨਿਵਾਸੀ ਬਹੁਜਨ ਲੋਕ ਕਿਤੇ ਦੁਬਾਰਾ ਫਿਰ ਇਕੱਠੇ ਹੋ ਕੇ ਆਪਣੀ ਸੱਤਾ ਨੂੰ ਵਾਪਸ ਨਾ ਲੈ ਲੈਣ। ਫਿਰ 8ਵੀਂ ਸਦੀ ਦੇ ਵਿੱਚ ਜਦੋਂ ਮੁਹੰਮਦ ਬਿਨ ਕਾਸਿਮ ਸਿਰਫ 200 ਘੋੜਸਵਾਰਾਂ ਨੂੰ ਲੈ ਕੇ ਇਸ ਦੇਸ਼ ਦੇ ਵਿੱਚ ਦਾਖਲ ਹੋਇਆ ਤਾਂ ਐਡੇ ਵੱਡੇ ਜਨਸੰਖਿਆ ਵਾਲੇ ਇਸ ਦੇਸ਼ ਨੂੰ ਗੁਲਾਮ ਬਣਾਉਣ ਲਈ ਉਹਨੂੰ ਸਿਰਫ 200 ਘੋੜਸਵਾਰਾਂ ਦੀ ਜ਼ਰੂਰਤ ਪਈ। ਕਿਉਂ? ਕਿਉਂਕਿ ਇਸ ਦੇਸ਼ ਦੇ 95% ਲੋਕ ਹਥਿਆਰ ਚਲਾਉਣ ਦੇ ਹੱਕ ਤੋਂ ਦੂਰ ਸੀ ਔਰ ਸਿਰਫ 5% ਜੋ ਖੱਤਰੀ ਸੀ, ਕਸ਼ੱਤਰੀ ਜਿਨ੍ਹਾਂ ਨੂੰ ਕਹਿੰਦੇ ਹਾਂ, ਸਿਰਫ ਕਸ਼ੱਤਰੀ ਹੀ ਦੁਸ਼ਮਣ ਦੇ ਨਾਲ ਲੜ ਸਕਦੇ ਸੀ ਔਰ ਮੂਲ ਨਿਵਾਸੀ ਸਮਾਜ ਜਿਹੜਾ ਸੀ ਉਹਨਾਂ ਤੋਂ ਤਾਂ ਬਿਲਕੁਲ ਇਹ ਹੱਕ ਖੋਹਿਆ ਗਿਆ ਸੀ ਔਰ ਬਾਰ ਬਾਰ ਇਸ ਦੇਸ਼ ਦਾ ਗੁਲਾਮ ਹੋਣ ਦਾ ਕਾਰਨ ਵੀ ਸਭ ਤੋਂ ਵੱਡਾ ਇਹੀ ਹੈ। ਪਰ ਜਦੋਂ ਮੁਹੰਮਦ ਬਿਨ ਕਾਸਿਮ ਨੇ 8ਵੀਂ ਸਦੀ ਦੇ ਵਿੱਚ ਇੱਥੇ ਆ ਕੇ ਆਪਣਾ ਗਲਬਾ ਕਾਇਮ ਕੀਤਾ ਤਾਂ ਉਸ ਹਮਲੇ ਦੇ ਦੌਰਾਨ ਹੀ ਸੂਫੀ ਸੰਤਾਂ, ਮਹਾਂਪੁਰਖਾਂ ਨੇ ਇਸ ਭਾਰਤ ਦੇਸ਼ ਦੀ ਧਰਤੀ ਦੇ ਉੱਤੇ ਕਦਮ ਰੱਖਿਆ। ਉਹਨਾਂ ਨੇ ਇੱਥੇ ਆ ਕੇ ਜਦੋਂ ਇਸ ਦੇਸ਼ ਦੇ ਮੂਲ ਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਦੀ ਮਾੜੀ ਹਾਲਤ ਦੇਖੀ ਔਰ ਗੈਰ ਮਾਨਵਤਾਵਾਦੀ ਵਰਤਾਵਾ ਉਹਨਾਂ ਨਾਲ ਹੁੰਦਾ ਦੇਖਿਆ ਤਾਂ ਉਹਨਾਂ ਨੇ ਇਸ ਦੇਸ਼ ਦੇ ਮੂਲ ਬਛਿੰਦਿਆਂ ਨੂੰ ਸਿੱਖਿਅਤ ਕਰਨਾ ਸ਼ੁਰੂ ਕੀਤਾ। ਇਸ ਦੇਸ਼ ਦੇ ਵੱਖ ਵੱਖ ਖਿੱਤਿਆਂ ਤੋਂ 35 ਮੂਲ ਨਿਵਾਸੀ ਬਹੁਜਨ ਸਮਾਜ ਦੇ ਮਹਾਂਪੁਰਖਾਂ ਦੁਆਰਾ ਮਾਨਵਤਾਵਾਦੀ ਸਿੱਖਿਆਵਾਂ
ਦੇ ਵਿੱਚੋਂ ਸਿੱਖ ਧਰਮ ਦਾ ਆਗਾਜ਼ ਕੀਤਾ ਗਿਆ ਔਰ ਇਸ ਦੇਸ਼ ਦੇ ਮੂਲ ਨਿਵਾਸੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਲਈ ਉਹਨਾਂ ਨੇ ਇਹ ਸਾਰਾ ਸੰਘਰਸ਼ ਕੀਤਾ। ਪਰ ਜਦੋਂ ਇਹਨਾਂ ਬ੍ਰਾਹਮਣਾਂ ਨੂੰ ਨਜ਼ਰ ਆਇਆ ਕਿ ਇਹ ਜੋ ਮੁਗਲ ਸ਼ਾਸਕ ਨੇ ਅਤੇ ਇਹਨਾਂ ਦੇ ਨਾਲ ਆਏ ਹੋਏ ਸੂਫੀ ਸੰਤ ਮਹਾਤਮਾ ਨੇ ਇਹ ਲੋਕ ਇੱਥੋਂ ਦੇ ਮੂਲ ਨਿਵਾਸੀ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ, ਇਹਨਾਂ ਨੂੰ ਸਿੱਖਿਅਤ ਕਰ ਰਹੇ ਨੇ, ਆਪਣੇ ਹੱਕਾਂ ਪ੍ਰਤੀ ਆਗਾਹ ਕਰ ਰਹੇ ਨੇ, ਤਾਂ ਉਹਨਾਂ ਨੇ ਕੀ ਕੀਤਾ ਕਿ ਮੁਗਲ ਸ਼ਾਸਕਾਂ ਦੇ ਨਾਲ ਆਪਣੀਆਂ ਧੀਆਂ ਭੈਣਾਂ ਦੇ ਕੇ ਰਿਸ਼ਤੇ ਪੈਦਾ ਕਰ ਲਏ ਔਰ ਰਿਸ਼ਤੇ ਪੈਦਾ ਕਰਨ ਤੋਂ ਬਾਅਦ ਸ਼ਾਸਕ ਮੁਗਲ ਸੀ ਪਰ ਪ੍ਰਸ਼ਾਸਕ ਉਹੀ ਆਰੀਆ ਬ੍ਰਾਹਮਣ ਬਣ ਗਿਆ ਔਰ ਉਹਨਾਂ ਨਾਲ ਰਿਸ਼ਤੇਦਾਰੀਆਂ ਪਾਉਣ ਦਾ ਇੱਕੋ ਇੱਕ ਕਾਰਨ ਸੀ ਕਿ ਇਸ ਦੇਸ਼ ਦੇ ਉੱਤੇ ਉਹਨਾਂ ਦੀ ਸੱਤਾ ਜੋ ਬ੍ਰਾਹਮਣਾਂ ਦੀ ਪਹਿਲਾਂ ਚੱਲੀ ਆ ਰਹੀ ਸੀ, ਮੁੜ ਕੇ ਮੁਗਲਾਂ ਨੇ ਉਹਨਾਂ ਤੋਂ ਸ਼ਾਸਨ ਖੋਹ ਲਿਆ। ਉਹ ਚਾਹੁੰਦੇ ਸੀ ਕਿ ਅਸੀਂ ਸ਼ਾਸਨ ਚਾਹੇ ਮੁਗਲਾਂ ਦਾ ਹੋਵੇ ਪਰ ਸੱਤਾ ਫਿਰ ਵੀ ਇਨਡਾਇਰੈਕਟਲੀ ਅਸਿੱਧੇ ਤੌਰ 'ਤੇ ਸਾਡੇ ਹੱਥ ਵਿੱਚ ਰਹੇ ਔਰ ਇਸ ਦੇਸ਼ ਦੇ ਮੂਲ ਨਿਵਾਸੀ ਜੋ ਨੇ ਉਹ ਹਮੇਸ਼ਾ ਦੇ ਲਈ ਸਾਡੇ ਗੁਲਾਮ ਬਣ ਕੇ ਰਹਿਣ। ਇਸੇ ਕਰਕੇ ਉਹਨਾਂ ਨੇ ਆਪਣੇ ਧੀਆਂ ਭੈਣਾਂ ਦੇ ਡੋਲੇ ਮੁਗਲ ਸ਼ਾਸਕਾਂ ਨੂੰ ਦਿੱਤੇ ਔਰ ਇਸੇ ਲੜੀ ਦੇ ਵਿੱਚ ਅੱਗੇ ਚੱਲ ਕੇ ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਦੀਆਂ ਸ਼ਹੀਦੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਉਜਾੜੇ ਹੋਏ ਔਰ ਉਸ ਤੋਂ ਇਲਾਵਾ ਅਨੇਕਾਂ ਸਿਰਲੱਥ ਸਿੱਖ ਯੋਧਿਆਂ ਨੇ ਜਿਹੜੇ ਕਿ ਇਸੇ ਮੂਲ ਨਿਵਾਸੀ ਬਹੁਜਨ ਸਮਾਜ ਦੇ ਵਿੱਚੋਂ ਆਏ ਸੀ, ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਅਤੇ ਉਹ ਸ਼ਹੀਦੀਆਂ ਦੇ ਕੇ ਬੇਗਮਪੁਰਾ ਖਾਲਸਾ ਰਾਜ ਪੈਦਾ ਕਰਨ ਦੇ ਲਈ ਇੱਕ ਨਵੀਂ ਲਹਿਰ ਆਰੰਭ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ 99% ਉਹੀ ਦਬੇ ਕੁਚਲੇ ਲਿਤਾੜੇ ਹੋਏ ਮੂਲ ਨਿਵਾਸੀ ਬਹੁਜਨ ਸਮਾਜ ਦੇ ਲੋਕ ਸੀ ਜਿਹੜੇ ਕਿ ਬਹੁਤ ਮਹਾਨ ਯੋਧਿਆਂ ਦੇ ਵਾਂਗੂ ਲੜੇ ਔਰ ਇਸ ਦੇਸ਼ ਦੇ ਵਿੱਚ ਮੁਗਲਾਂ ਅਤੇ ਬਿਪਰਾਂ ਦੇ ਜੋ ਘਟੀਆ ਸ਼ਾਸਨ ਸੀ ਉਹਨੂੰ ਚੈਲੰਜ ਕਰਦਿਆਂ ਹੋਇਆਂ ਆਪਣਾ ਸਿੱਖ ਰਾਜ ਕਾਇਮ ਕੀਤਾ। ਇਸ ਫਿਲਮ ਦੇ ਰਾਹੀਂ ਅਸੀਂ ਇਹ ਸਾਰੀਆਂ ਗੱਲਾਂ ਇਤਿਹਾਸਕ ਤੱਥਾਂ ਸਮੇਤ ਫਿਲਮਾ ਕੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਏ ਹਾਂ। ਪਰ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਜਦੋਂ ਅਸੀਂ ਸੈਂਸਰ ਬੋਰਡ ਕੋਲ ਗਏ ਹਾਂ ਤਾਂ ਸੈਂਸਰ ਬੋਰਡ ਨੇ ਇੱਕ ਟਿੱਪਣੀ ਕੀਤੀ ਹੈ ਔਰ ਉਹ ਟਿੱਪਣੀ ਇਹ ਹੈ ਕਿ ਇਸ ਫਿਲਮ ਦੇ ਵਿੱਚ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ ਔਰ ਇਹ ਤੱਥ ਗੁੰਮਰਾਹਕੁੰਨ ਨੇ ਜਿਹੜੇ ਕਿ ਜੇਕਰ ਕੋਈ ਇਸ ਫਿਲਮ ਨੂੰ ਦੇਖੇਗਾ ਉਹ ਗੁੰਮਰਾਹ ਹੋਏਗਾ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਟਿੱਪਣੀ ਕੀਤੀ ਆ ਕਿ ਜੇ ਇਹ ਫਿਲਮ ਰਿਲੀਜ਼ ਹੁੰਦੀ ਆ ਔਰ ਸਿਨੇਮਾਘਰਾਂ ਤੱਕ ਜਾਂਦੀ ਆ ਤਾਂ ਇਸ ਫਿਲਮ ਦੇ ਕਾਰਨ ਇਸ ਦੇਸ਼ ਦੇ ਵਿੱਚ ਸਮਾਜਿਕ ਸਦਭਾਵਨਾ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਸਕਦਾ ਹੈ। ਅੱਜ ਅਸੀਂ ਇਸ ਫਿਲਮ ਸ਼ੂਦਰ ਸੇ ਖਾਲਸਾ ਦੀ ਸਾਰੀ ਟੀਮ ਲੋਕਾਂ ਦੀ ਸੰਗਤ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ ਔਰ ਇੱਕ ਛੋਟਾ ਜਿਹਾ ਸਵਾਲ ਹੈ ਜਿੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ। ਇਹ ਫਿਲਮ ਜਿਹੜੀ ਕਿ ਇਤਿਹਾਸਕ ਅਤੇ ਸਾਇੰਟਿਫਿਕ ਮਤਲਬ ਕਿ ਵਿਗਿਆਨਕ ਤੱਥਾਂ 'ਤੇ ਆਧਾਰਿਤ ਹੈ, ਇਸ ਫਿਲਮ ਨੂੰ ਗੁੰਮਰਾਹਕੁੰਨ ਕਿਹਾ ਗਿਆ ਪਰ ਇਸ ਦੇਸ਼ ਦੇ ਵਿੱਚ ਅਖੌਤੀ ਜਿਹੜਾ ਕਿ ਬਹੁਮਤ ਧਰਮ ਗਿਣਿਆ ਜਾਂਦਾ ਉਸ ਧਰਮ ਨਾਲ ਸੰਬੰਧਿਤ ਅਨੇਕਾਂ ਕਥਾ ਕਹਾਣੀਆਂ ਉੱਤੇ ਫਿਲਮਾਂ, ਸੀਰੀਅਲ, ਨਾਟਕ, ਸ਼ਾਰਟ ਫਿਲਮਾਂ ਬਹੁਤ ਕੁਛ ਬਣਿਆ ਹੋਇਆ ਜਿਨ੍ਹਾਂ ਦਾ ਕਿ ਸੱਚਾਈ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ।
ਉਹਨਾਂ ਫਿਲਮਾਂ ਨੂੰ ਸੈਂਸਰ ਬੋਰਡ ਪਾਸ ਕਰਦਾ ਅਤੇ ਉਹ ਫਿਲਮਾਂ ਸੱਚ ਦੇ ਨੇੜੇ ਵੀ ਹੁੰਦੀਆਂ ਨੇ ਔਰ ਤੱਥਾਂ 'ਤੇ ਆਧਾਰਿਤ ਵੀ ਹੁੰਦੀਆਂ ਨੇ। ਅਸਲ ਵਿੱਚ ਕਾਰਨ ਇਸ ਫਿਲਮ ਨੂੰ ਰਿਲੀਜ਼ ਸਰਟੀਫਿਕੇਟ ਨਾ ਦੇਣ ਦਾ ਕਾਰਨ ਜੋ ਹੈ ਉਹ ਇਹ ਹੈ ਕਿ ਇਸ ਫਿਲਮ ਦੇ ਕਾਰਨ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਇਸ ਦੇਸ਼ ਦੀ ਸਮਾਜਿਕ ਸਦਭਾਵਨਾ ਨੂੰ ਕੋਈ ਖਤਰਾ ਨਹੀਂ ਹੈ, ਪਰ ਜਿਸ ਨੂੰ ਖਤਰਾ ਹੈ ਉਹ ਕੇਵਲ ਅਤੇ ਕੇਵਲ ਇਸ ਦੇਸ਼ ਦੇ ਉੱਤੇ ਕਾਬਜ਼ ਹੋਏ ਹੋਏ ਇਹ ਜੇ ਜੋ ਆਰੀਆ ਬ੍ਰਾਹਮਣ ਨੇ, ਸਿਰਫ ਉਹਨਾਂ ਦੀ ਸੱਤਾ ਅਤੇ ਉਹਨਾਂ ਦੇ ਗੁੰਮਰਾਹਕੁੰਨ ਪ੍ਰਚਾਰ ਨੂੰ ਖਤਰਾ ਹੈ। ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਇਹ ਫਿਲਮ ਆਮ ਲੋਕਾਂ ਤੱਕ ਪਹੁੰਚੇ, ਪਰ ਅਸੀਂ ਸ਼ੂਦਰ ਸੇ ਖਾਲਸਾ ਦੀ ਸਾਰੀ ਟੀਮ, ਦੇਸ਼ ਵਿਦੇਸ਼ ਦੇ ਵਿੱਚ ਵਸਦੀ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਫਿਲਮ ਨੂੰ ਬਣਾਉਣ ਦਾ ਸਾਡਾ ਮਕਸਦ ਕੋਈ ਵੀ ਮਾਇਕ ਨਹੀਂ ਸੀ। ਅਸੀਂ ਇਸ ਫਿਲਮ 'ਚੋਂ ਲਾਭ ਕਮਾਉਣ ਦੇ ਲਈ ਇਹ ਫਿਲਮ ਨੂੰ ਬਣਾਇਆ ਨਹੀਂ ਹੈ। ਅਸੀਂ ਇਸ ਫਿਲਮ ਦੇ ਰਾਹੀਂ ਸਿਰਫ ਅਤੇ ਸਿਰਫ ਇੱਕ ਗੱਲ ਦੁਨੀਆ ਨੂੰ ਦੱਸਣਾ ਚਾਹੁੰਦੇ ਸੀ ਕਿ ਜਿਸ ਗੱਲ ਦਾ ਪ੍ਰਚਾਰ ਅੱਜ ਕੱਲ੍ਹ ਆਮ ਹੋ ਰਿਹਾ ਔਰ RSS BJP ਦੇ ਇਹ ਮਨੁਵਾਦੀ ਬ੍ਰਾਹਮਣਵਾਦੀ ਲੋਕ ਤੀਸਰੇ ਇੱਕ ਦਿਨ ਉੱਠ ਕੇ ਮੀਡੀਆ ਦੇ ਵਿੱਚ, ਪ੍ਰੈਸ ਦੇ ਵਿੱਚ, TV ਦੇ ਵਿੱਚ ਬਿਆਨ ਦੇ ਦਿੰਦੇ ਨੇ ਕਿ ਸਿੱਖ ਵੀ ਕਦੇ ਹਿੰਦੂ ਧਰਮ ਦਾ ਹੀ ਹਿੱਸਾ ਸਨ ਔਰ ਸਿੱਖ ਵੀ ਹਿੰਦੂਆਂ ਵਿੱਚੋਂ ਹੀ ਨਿਕਲੇ ਹਨ। ਜਦਕਿ ਸੱਚਾਈ ਇਹ ਹੈ ਕਿ ਇਸ ਦੇਸ਼ ਦੇ ਮੂਲ ਨਿਵਾਸੀ ਬਹੁਜਨ ਉਹਨਾਂ ਵਿੱਚੋਂ ਹੀ ਤਬਦੀਲ ਹੋਏ ਹੋਏ ਸਿੱਖ, ਮੁਸਲਿਮ, ਬੋਧੀ, ਈਸਾਈ ਅਤੇ ਕੁਛ ਅਖੌਤੀ ਹਿੰਦੂ, ਉਹਨਾਂ ਸਾਰਿਆਂ ਦੀਆਂ ਜੜ੍ਹਾਂ ਇਸ ਦੇਸ਼ ਦੇ ਮੂਲ ਨਿਵਾਸੀਆਂ ਦੇ ਵਿੱਚ ਨੇ। ਔਰ ਅਸੀਂ ਹਿੰਦੂ ਕਿਵੇਂ ਹੋ ਸਕਦੇ ਹਾਂ ਜਦਕਿ ਸਿੱਖ ਮੂਲ ਨਿਵਾਸੀ ਬਹੁਜਨ ਸਮਾਜ ਦੇ ਵਿੱਚੋਂ ਤਬਦੀਲ ਹੋਏ ਨੇ, ਤਾਂ ਫਿਰ ਅਸੀਂ ਹਿੰਦੂ ਕਿਵੇਂ ਹੋਏ? ਅਸੀਂ ਹਿੰਦੂ ਨਹੀਂ ਹਾਂ। ਅਸੀਂ ਇਸ ਫਿਲਮ ਦੇ ਰਾਹੀਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਵਸਣ ਵਾਲੇ ਲੋਕਾਂ ਨੂੰ ਇਹ ਮੈਸੇਜ, ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਸਿੱਖ ਇਸ ਦੇਸ਼ ਦੇ ਮੂਲ ਨਿਵਾਸੀ ਬਹੁਜਨ ਸਮਾਜ ਦਾ ਅੰਗ ਨੇ ਔਰ ਇਹ ਜਿਹੜਾ ਖਾਲਸਾ ਤਿਆਰ ਬਾਰ ਤਿਆਰ ਨਜ਼ਰ ਆ ਰਿਹਾ ਇਸ ਦੁਨੀਆ ਨੂੰ, ਉਹ ਖਾਲਸਾ ਮੂਲ ਨਿਵਾਸੀ ਸ਼ੂਦਰ ਤੋਂ ਖਾਲਸਾ ਬਣਿਆ। ਇਸੇ ਕਰਕੇ ਇਸ ਫਿਲਮ ਦਾ ਨਾਮ ਮੂਲ ਨਿਵਾਸੀ ਸ਼ੂਦਰ ਟੂ ਖਾਲਸਾ ਰੱਖਿਆ ਗਿਆ। ਔਰ ਮੈਂ ਦਾਅਵੇ ਨਾਲ ਇਹ ਗੱਲ ਕਹਿ ਦਿੰਦਾ ਕਿ ਇਹ 2.5 ਘੰਟੇ ਦੀ ਫਿਲਮ ਦੇਖਣ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਪਿਛਲੇ 5000 ਸਾਲ ਦਾ ਇਤਿਹਾਸ ਅਤੇ ਸਿੱਖ ਧਰਮ ਕਿਵੇਂ ਪੈਦਾ ਹੋਇਆ ਅਤੇ ਇਸ ਦੇਸ਼ ਦੇ ਵਿੱਚ ਜਿਹੜਾ ਇਹ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਕਿ ਸਿੱਖ ਹਿੰਦੂਆਂ ਵਿੱਚੋਂ ਨਿਕਲੇ ਨੇ, ਇਸ ਗੱਲ ਦਾ ਠੋਕਵਾਂ ਜਵਾਬ ਇਸ ਫਿਲਮ ਦੇ ਰਾਹੀਂ ਅਸੀਂ ਦਿੱਤਾ ਔਰ 2.5 ਘੰਟੇ ਦੇਖਣ ਤੋਂ ਬਾਅਦ ਹਰੇਕ ਵਿਅਕਤੀ ਨੂੰ ਇਹ ਗੱਲ ਬਿਲਕੁਲ ਕਲੀਅਰ ਹੋ ਜਾਏਗੀ ਕਿ ਸਿੱਖ ਸ਼ੂਦਰਾਂ 'ਚੋਂ ਬਣੇ ਨੇ ਅਤੇ ਖਾਲਸਾ ਸ਼ੂਦਰਾਂ ਤੋਂ ਹੀ ਬਣਿਆ ਹੋਇਆ। ਆਉਣ ਵਾਲੀਆਂ ਪੀੜ੍ਹੀਆਂ ਅਤੇ ਸਾਡੇ ਨੌਜਵਾਨ ਬੱਚੇ ਬੱਚੀਆਂ ਜਦੋਂ ਇਹ 2.5 ਘੰਟੇ ਦੀ ਫਿਲਮ ਦੇਖ ਲੈਣਗੇ ਤਾਂ ਉਹਨਾਂ ਨੂੰ ਕਦੇ ਵੀ ਇਸ ਗੱਲ ਦਾ ਜਵਾਬ ਲੱਭਣ ਦੀ ਦੁਬਾਰਾ ਖੇਚਲ ਨਹੀਂ ਕਰਨੀ ਪਏਗੀ ਜਦੋਂ ਕੋਈ ਫਿਰ ਇਹੋ ਜਿਹਾ ਪਖੰਡੀ ਉੱਠ ਕੇ ਕਹੇਗਾ ਕਿ ਨਹੀਂ ਜੀ, ਸਿੱਖ ਵੀ ਹਿੰਦੂਆਂ ਦਾ ਹੀ ਅੰਗ ਨੇ। ਇਸ ਦਾ ਸਾਕਸ਼ਾਤ ਤੱਥਾਂ ਸਮੇਤ, ਇਤਿਹਾਸਕ ਤੱਥਾਂ ਸਮੇਤ ਔਰ ਵਿਗਿਆਨਕ ਤਰੀਕੇ ਨਾਲ ਜਵਾਬ ਇਸ ਫਿਲਮ ਦੇ ਰਾਹੀਂ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਇਸੇ ਕਰਕੇ ਹੀ ਇਸ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ। ਪਰ ਅਸੀਂ ਸ਼ੂਦਰ ਤੋਂ ਖਾਲਸਾ ਫਿਲਮ ਦੀ ਇਹ ਸਾਰੀ ਟੀਮ ਇੱਥੇ ਹੀ ਚੁੱਪ ਨਹੀਂ ਬੈਠਾਂਗੇ। ਫਿਲਮ ਸੈਂਸਰ ਬੋਰਡ ਨੇ ਜਿਹੜਾ ਇਹ ਸਾਨੂੰ ਫੈਸਲਾ ਦਿੱਤਾ ਕਿ ਅਸੀਂ ਇਹ ਤੁਹਾਡੀ ਫਿਲਮ ਰਿਲੀਜ਼ ਨਹੀਂ ਹੋਣ ਦੇਣੀ, ਇਹਨੂੰ ਮਨ੍ਹਾ ਕੀਤਾ। ਇਸ ਤੋਂ ਬਾਅਦ ਅਗਲਾ ਜਿਹੜਾ
ਫਿਲਮ ਸਰਟੀਫਿਕੇਸ਼ਨ ਅਪੀਲੇਟ ਟਰਮੀਨਲ ਹੈ FCAT ਦਿੱਲੀ, ਅਸੀਂ ਉੱਥੇ ਅਪੀਲ ਕਰਾਂਗੇ। ਔਰ ਅਪੀਲ ਕਰਨ ਤੋਂ ਬਾਅਦ ਜੇਕਰ ਉਹ ਟ੍ਰਿਬਿਊਨਲ ਵੀ ਮਨੁਵਾਦੀ ਸੋਚ ਦਾ ਧਾਰਨੀ ਹੋ ਕੇ ਸਾਨੂੰ ਮਨ੍ਹਾ ਕਰ ਦਿੰਦਾ ਤਾਂ ਅਸੀਂ ਬੇਖੌਫ ਹੋ ਕੇ ਸੁਪਰੀਮ ਕੋਰਟ ਤੱਕ ਇਸ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਕਾਨੂੰਨੀ ਲੜਾਈ ਲੜਨ ਤੋਂ ਪਿੱਛੇ ਨਹੀਂ ਹਟਾਂਗੇ। ਔਰ ਨਾਲ ਹੀ ਇੱਕ ਹੋਰ ਗੱਲ, ਕਿਉਂਕਿ ਇਸ ਫਿਲਮ ਦੇ ਜਿਹੜੇ ਟ੍ਰੇਲਰ, ਪ੍ਰੋਮੋ ਅਤੇ ਪੋਸਟਰ ਨੇ ਉਹਨਾਂ ਦਾ ਸੈਂਸਰ ਦਾ ਸਰਟੀਫਿਕੇਟ ਸਾਨੂੰ ਜੂਨ ਦੇ ਵਿੱਚ ਮਿਲ ਚੁੱਕਿਆ ਸੀ, ਪਰ ਅਸੀਂ ਇਹ ਟ੍ਰੇਲਰ ਪੋਸਟਰ ਰਿਲੀਜ਼ ਨਹੀਂ ਕੀਤੇ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਸਾਨੂੰ ਫਿਲਮ ਦਾ ਸੈਂਸਰ ਸਰਟੀਫਿਕੇਟ ਵੀ ਮਿਲ ਜਾਵੇ। ਪਰ ਹੁਣ ਅੱਜ ਫਿਲਮ ਸ਼ੂਦਰ ਸੇ ਖਾਲਸਾ ਦਾ ਮਿਊਜ਼ਿਕ, ਇਸ ਦਾ ਟ੍ਰੇਲਰ, ਇਸ ਦਾ ਪ੍ਰੋਮੋ ਅਤੇ ਇਸ ਦੇ ਪੋਸਟਰ ਰਿਲੀਜ਼ ਕਰਾਂਗੇ ਔਰ ਇਹਨੂੰ ਇੰਟਰਨੈਟ ਦੇ ਉੱਪਰ ਸ਼ੋਅ ਆਫ ਕਰਾਂਗੇ ਤਾਂ ਕਿ ਲੋਕਾਂ ਤੱਕ ਇਸ ਦੀ ਭਾਵਨਾ ਔਰ ਇਹਦੇ ਅਸੀਂ ਇਸ ਫਿਲਮ ਦੇ ਰਾਹੀਂ ਕੀ ਕਹਿਣਾ ਚਾਹੁੰਦੇ ਹਾਂ ਉਹ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚ ਸਕਣ। ਔਰ ਨਾਲ ਹੀ ਇੱਕ ਮਹੀਨਾ ਅਸੀਂ ਦੇਖਾਂਗੇ, ਜੇਕਰ ਟ੍ਰਿਬਿਊਨਲ ਨੇ ਫਿਲਮ ਪਾਸ ਕਰ ਦਿੱਤੀ ਅਤੇ ਸਾਨੂੰ ਹੱਕ ਦੇ ਦਿੱਤਾ ਕਿ ਅਸੀਂ ਇਸ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਫਿਲਮ ਸਿਨੇਮਿਆਂ ਦੇ ਵਿੱਚ ਰਿਲੀਜ਼ ਕਰੀਏ, ਤਾਂ ਅਸੀਂ ਪੂਰੇ ਭਾਰਤ ਦੇਸ਼ ਦੇ ਵਿੱਚ, ਸਾਰੇ ਰਾਜਾਂ ਦੇ ਵਿੱਚ, ਸਾਰੇ ਸ਼ਹਿਰਾਂ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਕਰਾਂਗੇ। ਪਰ ਜੇਕਰ ਉਹਨਾਂ ਨੇ ਮਨ੍ਹਾ ਕਰ ਦਿੱਤਾ ਜਾਂ ਟਾਲ ਮਟੋਲ ਕੀਤਾ ਤਾਂ ਇੱਕ ਮਹੀਨੇ ਬਾਅਦ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ, ਓਵਰਸੀਜ਼ ਮਾਰਕੀਟ ਦੇ ਵਿੱਚ ਇਹ ਫਿਲਮ ਨੂੰ ਰਿਲੀਜ਼ ਕਰਾਂਗੇ। ਔਰ ਇਹ ਫਿਲਮ ਕਿਉਂਕਿ ਹਿੰਦੀ ਭਾਸ਼ਾ ਵਿੱਚ ਬਣੀ ਹੈ, ਪਰ ਨਾਲ ਹੀ ਇਸ ਫਿਲਮ ਨੂੰ ਅਸੀਂ ਇੰਗਲਿਸ਼ ਦੇ ਵਿੱਚ ਡੱਬ ਕਰ ਰਹੇ ਹਾਂ ਔਰ ਵਿਦੇਸ਼ਾਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ। ਔਰ ਮੈਂ ਅੰਤ ਦੇ ਵਿੱਚ ਫਿਰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਇਸ ਦੇਸ਼ ਦੇ ਮੂਲ ਵਾਸੀ ਬਹੁਜਨ ਸਮਾਜ ਦੇ ਸਾਰੇ ਸੰਗਠਨਾਂ, ਸੰਸਥਾਵਾਂ ਅਤੇ ਧਾਰਮਿਕ ਘੱਟ ਗਿਣਤੀਆਂ, ਬੋਧੀ, ਜੈਨੀ, ਸਿੱਖ, ਈਸਾਈ, ਮੁਸਲਮਾਨ ਅਤੇ ਉਹਨਾਂ ਦੀਆਂ ਸੰਸਥਾਵਾਂ ਨੂੰ ਕਿ ਅਸੀਂ ਇਸ ਫਿਲਮ ਨੂੰ ਬਣਾ ਕੇ ਆਪਣਾ ਫਰਜ਼ ਪੂਰਾ ਕਰ ਲਿਆ। ਔਰ ਬਹੁਤ ਜ਼ਿਆਦਾ ਮੈਂ ਧੰਨਵਾਦੀ ਹਾਂ ਸਾਡੇ ਫਿਲਮ ਦੇ ਪ੍ਰੋਡਿਊਸਰ USA ਤੋਂ ਡਾਕਟਰ ਹਰਜਨ ਸਿੰਘ ਜੀ ਅਤੇ ਸਰਦਾਰ ਦਿਲਬਾਗ ਸਿੰਘ ਜੀ, ਸਰਦਾਰ ਇੰਦਰਜੀਤ ਸਿੰਘ ਬੱਲੋਵਾਲੀਆ ਜੀ, ਜਿਨ੍ਹਾਂ ਦੀ ਟੀਮ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਅਤੇ ਸਾਡਾ ਇਹ ਜਿਹੜਾ ਆਈਡੀਆ ਸੀ ਇਹਨੂੰ ਫਿਲਮਾਉਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ। ਪਰ ਹੁਣ ਕਿਉਂਕਿ ਇਸ ਫਿਲਮ ਦੇ ਉੱਤੇ ਕਰੋੜਾਂ ਦਾ ਬਜਟ ਲੱਗ ਚੁੱਕਿਆ ਔਰ ਸਾਡਾ 2 ਸਾਲ ਦਾ ਟਾਈਮ ਇਹਦੇ 'ਤੇ ਲੱਗਿਆ ਔਰ ਇਸ ਵੇਲੇ ਸੈਂਸਰ ਬੋਰਡ ਦੀ ਟਾਲ ਮਟੋਲ ਦੀ ਨੀਤੀ ਦੇ ਕਰਕੇ ਸਾਡਾ ਵਿੱਤੀ ਤੌਰ 'ਤੇ ਬਹੁਤ ਨੁਕਸਾਨ ਹੋ ਚੁੱਕਿਆ ਅਤੇ ਦੇਸ਼ ਵਿਦੇਸ਼ ਦੇ ਵਿੱਚ ਸੰਗਠਨਾਂ, ਸਿੱਖ ਸੰਗਠਨਾਂ, ਮੂਲ ਵਾਸੀ ਬਹੁਜਨ ਸਮਾਜ ਦੇ ਸੰਗਠਨਾਂ, ਸੰਸਥਾਵਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਕਾਨੂੰਨੀ ਲੜਾਈ ਲੜਨ ਦੇ ਲਈ ਹੁਣ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ, ਸਾਨੂੰ ਤੁਹਾਡੀ ਮੋਰਲ ਸਪੋਰਟ ਵੀ ਚਾਹੀਦੀ ਹੈ ਔਰ ਸਾਨੂੰ ਤੁਹਾਡੀ ਫਾਈਨੈਂਸ਼ੀਅਲ ਸਪੋਰਟ ਵੀ ਚਾਹੀਦੀ ਹੈ। ਇਸ ਸਪੋਰਟ ਨਾਲ ਅਸੀਂ ਇਸ ਫਿਲਮ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਵਾਂਗੇ। ਅਤੇ ਮੈਂ ਫਿਰ ਤੋਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਸ ਫਿਲਮ ਦੇ ਰਾਹੀਂ ਅਸੀਂ ਇਸ ਗੱਲ ਨੂੰ ਬਾਖੂਬੀ ਫਿਲਮਾਇਆ ਕਿ ਇਸ ਦੇਸ਼ ਦੇ ਵਿੱਚ ਖਾਲਸਾ ਜਿਹੜਾ ਪੈਦਾ ਹੋਇਆ, ਸਿੱਖ ਧਰਮ ਪੈਦਾ ਹੋਇਆ, ਉਹ ਮੂਲ ਵਾਸੀ ਸ਼ੂਦਰਾਂ ਤੋਂ ਹੀ ਪੈਦਾ ਹੋਇਆ ਅਤੇ ਇਸ ਫਿਲਮ ਦਾ ਟਾਈਟਲ ਵੀ ਮੂਲ ਵਾਸੀ ਸ਼ੂਦਰ ਸੇ ਖਾਲਸਾ ਹੀ ਹੈ ਔਰ ਅਸੀਂ ਨਾ ਕਦੇ ਹਿੰਦੂ ਸੀ, ਨਾ ਹਾਂ ਅਤੇ ਨਾ ਕਦੇ ਹੋਵਾਂਗੇ।